इस संघर्ष हाजरी भरते जुड़ियो भैनों भरावो, मैं आप सब दे सिदक नूं सबर नूं प्रणाम करन लई हाजिर होया। गल हुण किसान एकता तो अगे जा चुकी है, किसान मजदूर एकता तो भी अगे चल गई, पंजाब हरियाणा एकता तो भी अगे चल गई, देश की एकता तो भी अगे चल गई। ये लड़ाई हुण बहुत दो धिरां च हो गई, संसार पद्धर ते एक पासे दुनिया भर के वख वख खित्यां दे वख वख धर्मां दे वख वख विश्वासां दे वख वख कम्मां कारां वाले लोग ने, दूजे पासे दुनिया भर के कारपोरेट ते उन्हां दे टुकड़ियां ते पड़न वाले राजनीतिवान ने। यह दो धिरां दी लड़ाई इस वेले एक व्यापक विश्व युद्ध बन गई है, अपनी तरह का विश्व युद्ध बन गई। तो इस विश्व युद्ध नूं छेड़न वाले तुसी लोग बहुत वधाई दे पात्र हो, ते तुसी इतिहास पढ़िया होएगा सुनिया होएगा, ते शायद थानू उन्ना अनुमान नहीं कि तुसी किड्डा वड्डा इतिहास सिरज रहे हो। असी सारिया ने अपने बचपन च देखा होया कि पोलीटिकल पार्टियां कोल अपनियां चोणां लड़न लई उन्हां दे वर्कर रुपया रुपया पिंडां चों इकट्ठे करदे हुंदे सी, पर सरकारां को अरबां खरबां रुपये हुंदे सी पिंडां च पंचायत घर बनाउण लई, डिस्पेंसरियां बनाउण लई, हस्पताल बनाउण लई, थर्मल प्लांट बनाउण लई, सड़कां बनाउण लई। इस वेले पार्टियां कोल अरबां खरबां रुपये ने लोकां नूं वोटां दे विच मोटरसाइकिल देण लई, शराबां देण लई, फ्रिजां देण लई, कपड़े देण लई, राशन देण लई, पर सरकारां कोल किसी काम लई कोई पैसा नहीं। ये पैसा ये क्यों बदल गया? ये कारपोरेटां दे थ्रू बदल गया। इस वेले दुनिया भर दियां डेमोक्रेसियां विच समझिया जाण लग गया कि सरकारां लोक नहीं चुणदे, कारपोरेटां दे पैसे चुणदे ने, कि उह जिहदे ते अपना पैसा लाउंदे ने। इन्नियां महंगियां चोणां करतियां कि जिहनूं उह पैसा दिंदे ने उह चोणां च खड़ सकदे ने, उह चोणां जित सकदे ने, ते उह जितण वाले इदां दियां पॉलिसियां इदां दे कानून इदां दियां नीतियां लै के आउंदे ने तां कि उह कारपोरेट्स दियां तिजोरियां भर सकण ते राजनीतिवान उहदे विच्चों अपना हिस्सा पत्ती लै सकण। इह स्थिति नूं राजनीति दे विशेषकां ने परम सत वांगू मन लिया कि इह तां भाई दुनिया हुण इवें ही चलूगी। पर तुसीं धन उह लोक जिन्हां ने इस गल नूं मोड़ा पाउण दी संभावना पैदा कर दित्ती कि इदां भाई नहीं चलूगा। ਇਹ ਨਾ ਚੱਲਣ ਦਾ ਜਿਹੜਾ ਬਿਗਲ ਇਸ ਧਰਤੀ 'ਤੇ ਵੱਜਿਆ ਜਿਹਨੂੰ ਦੁਨੀਆ ਭਰ ਦੇ ਲੋਕਾਂ ਨੇ ਹੁੰਗਾਰਾ ਭਰਿਆ ਅਤੇ ਦੁਨੀਆ ਇਸ ਗੱਲ 'ਤੇ ਹੈਰਾਨ ਹੋ ਗਈ ਕਿ ਇਹ ਸਥਿਤੀ ਬਦਲ ਵੀ ਸਕਦੀ ਆ। ਇਸ ਕਰਕੇ ਅੱਜ ਸੰਸਾਰ ਭਰ ਦੇ ਕਲਾਕਾਰ, ਸੰਸਾਰ ਭਰ ਦੇ ਕਲਮਕਾਰ, ਸੰਸਾਰ ਭਰ ਦੇ ਵੱਖ ਵੱਖ ਧੰਦਿਆਂ ਨਾਲ ਜੁੜੇ ਹੋਏ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਅਤੇ ਸਿਰਫ ਦੂਜੇ ਪਾਸੇ ਸਿਰਫ ਕਾਰਪੋਰੇਟਸ ਅਤੇ ਉਹਨਾਂ ਦੇ ਪਾਲਤੂ ਰਾਜਨੀਤੀਵਾਨ ਬੱਚੇ ਨੇ। ਇਸ ਕਰਕੇ ਇਸ ਨੂੰ ਮੈਂ ਇੱਕ ਵਿਸ਼ਵ ਯੁੱਧ ਮੰਨਦਾ ਅਤੇ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਇਸ ਵਿਸ਼ਵ ਯੁੱਧ ਦੇ ਸਿਪਾਹੀ ਹੋ। ਆਉਣ ਵਾਲੇ ਸਮੇਂ 'ਚ ਤੁਹਾਡਾ ਇਸ ਗੱਲ ਲਈ ਨਾਂ ਲਿਖਿਆ ਜਾਣਾ ਕਿ ਤੁਸੀਂ ਉਹ ਵਿਸ਼ਵ ਯੁੱਧ ਛੇੜਨ ਵਾਲੇ ਲੋਕ ਸੀ, ਤੁਸੀਂ ਉਹ ਵਿਸ਼ਵ ਯੁੱਧ ਜਿੱਤਣ ਵਾਲੇ ਲੋਕ ਸੀ। ਇਹ ਬਹੁਤ ਬਹੁਤ ਕਾਨੂੰਨਾਂ ਤੋਂ ਬਹੁਤ ਅੱਗੇ ਦੀ ਗੱਲ ਆ, ਕਾਨੂੰਨ ਇੱਕ ਸੰਕੇਤ ਮਾਤਰ ਗੱਲ ਆ, ਇਹ ਕਾਨੂੰਨ ਤੁਹਾਡੇ ਵਾਪਸ ਵੀ ਹੋ ਗਏ। ਸਾਡੀ ਸਥਿਤੀ ਬਹੁਤੀ ਸੁਧਰਨ ਵਾਲੀ ਨਹੀਂ, ਅਸੀਂ 2000 ਤੋਂ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਹਾਂ, ਅਸੀਂ ਉਸ ਸਥਿਤੀ 'ਤੇ ਮੁੜ ਕੇ ਆਉਣ ਨੂੰ ਅਜੇ ਮੰਗ ਕਰ ਰਹੇ ਹਾਂ। ਅਤੇ ਸਾਨੂੰ ਸਾਡਾ ਇਹ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ, ਸਾਡਾ ਆਪਣੇ ਪਿੰਡਾਂ 'ਚ ਜਾਣ ਤੋਂ ਬਾਅਦ ਸਾਡੀ ਨਵੀਂ ਲੜਾਈ ਸ਼ੁਰੂ ਹੋਣੀ ਆ। ਸਾਨੂੰ ਆਪੋ ਆਪਣੇ ਪਿੰਡ ਨੂੰ ਇੱਕ ਕਾਰਪੋਰੇਟ ਯੂਨਿਟ ਬਣਾਉਣਾ ਪੈਣਾ। ਸਾਨੂੰ ਜਿਹੜੀ ਅਸੀਂ ਇੱਥੇ ਆਪਸ ਵਿੱਚ ਅਸੀਂ ਭਾਈਚਾਰਾ ਸਿੱਖਿਆ, ਜਿਹੜੀ ਅਸੀਂ ਕੋਆਪਰੇਸ਼ਨ ਸਿੱਖੀ ਆ, ਜਿਹੜਾ ਅਸੀਂ ਮਿਲਵਰਤਨ ਸਿੱਖਿਆ, ਉਹਨੂੰ ਅਸੀਂ ਆਪਣੇ ਪਿੰਡਾਂ 'ਚ ਲਾਗੂ ਕਰਨਾ ਆ। ਅਸੀਂ ਜਿਹੜੀ ਸਥਾਪਿਤ ਸਿਆਸਤ ਆ ਉਹਦੇ ਤੋਂ ਆਪਣਾ ਖਿਹੜਾ ਛਡਾਉਣਾ, ਅਤੇ ਅਸੀਂ ਆਪਣੇ ਲੇਖ ਭਾਗ ਆਪ ਲਿਖਣੇ ਨੇ। ਅਸੀਂ ਆਪਣੇ ਆਪਣੇ ਪਿੰਡ ਨੂੰ ਇੱਕ ਇਕਨੋਮਿਕ ਯੂਨਿਟ ਵਿੱਚ ਕਿਵੇਂ ਤਬਦੀਲ ਕਰਨਾ, ਇਹਦੇ ਲਈ ਅਜੇ ਚਿੰਤਨ ਮੰਥਨ ਕਰਨ ਦਾ ਸਾਡਾ ਸਮਾਂ ਬਣ ਗਿਆ। ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਮੋਰਚੇ ਦੇ ਵਲੰਟੀਅਰਸ ਲਈ, ਲੀਡਰਸ਼ਿਪ ਲਈ ਅਸੀਂ 500 ਗੁਲਬੰਦ ਲੈ ਕੇ ਹਾਜ਼ਰ ਹੋਏ ਹਾਂ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੀ ਚਾਹੀਦਾ ਹੋਵੇਗਾ, ਕੋਈ 1-2-3 ਲੱਖ ਰੁਪਈਏ ਦਾ ਜੋ ਵੀ ਸਮਾਨ ਜ਼ਰੂਰਤ ਹੋਏਗੀ ਸਾਨੂੰ ਦੱਸਿਆ ਜਾਵੇ, ਅਸੀਂ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਇਹਨਾਂ ਸ਼ਬਦਾਂ ਨਾਲ ਮੈਂ ਫਿਰ ਤੁਹਾਡੀ ਇਸ ਮਹਾਨ ਸ਼ਕਤੀ ਨੂੰ, ਤੁਹਾਡੇ ਮਹਾਨ ਇਸ ਆਦਰਸ਼ ਨੂੰ, ਇਸ ਮਹਾਨ ਇਨਕਲਾਬ ਨੂੰ ਜਿਹਨੇ ਸਾਡੇ ਗੀਤ ਬਦਲ ਦਿੱਤੇ, ਜਿਹਨੇ ਸਾਡੀਆਂ ਕਵਿਤਾਵਾਂ ਬਦਲ ਦਿੱਤੀਆਂ, ਜਿਹਨੇ ਸਾਡਾ ਭਾਈਚਾਰਾ ਬਦਲ ਦਿੱਤਾ, ਜਿਹਨੇ ਸਾਡੀ ਬੋਲ ਬਾਣੀ ਬਦਲ ਦਿੱਤੀ, ਜਿਹਨੇ ਸਾਡੇ ਸੰਬੰਧ ਬਦਲ ਦਿੱਤੇ, ਜਿਹਨੇ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਬਦਲ ਦਿੱਤੀਆਂ,
ਅਤੇ ਜਿਹਦੇ ਵਿੱਚ ਹੋਰ ਬਹੁਤ ਕੁਝ ਬਦਲਣ ਦੀਆਂ ਸੰਭਾਵਨਾਵਾਂ ਮੌਜੂਦ ਨੇ। ਉਹਨਾਂ ਮਹਾਨ ਸੰਭਾਵਨਾਵਾਂ ਨੂੰ ਪ੍ਰਣਾਮ ਕਰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ।